ਨਾਲੇ ਉਹ ਵੀ ਤੇ ਘਰ ਦੀ ਧੀ ਆ ਤੁਸੀਂ ਆਪ ਹੀ ਤੇ ਕਹਿੰਦੇ ਆ ਕਿ ਧੀਆਂ ਨੂੰ ਪਹਿਲ ਦੇਣੀ ਚਾਹੀਦੀ ਆ ਚੁੱਪ ਕਰਕੇ ਬਹਿ ਜਾ ਵੱਡੀ ਤੂੰ ਸਿਆਣੀ ਮੈਨੂੰ ਬਹੁਤੀਆਂ ਮੱਤਾਂ ਨਾ ਦੇ ਮੈਨੂੰ ਸਾਰੇ ਥਾਂ ਥਾਂ ਰੱਖਣੇ ਆਉਂਦੇ ਆ ਜਦੋਂ ਕੋਈ ਮੌਕਾ ਹੋਊਗਾ ਨਾ ਤੇ ਮੈਂ ਆਪੇ ਚੱਲ ਜੂੰਗੀ ਤੁਸੀਂ ਜਾਣਾ ਤੇ ਚੱਲ ਜਾਓ ਨਹੀਂ ਜਾਣਾ ਤੇ ਮੈਨੂੰ ਨਾ ਕਰ ਦਿਓ ਮੈਨੂੰ ਆ ਸੁਣਾਉਣ ਕਾ ਤੁਹਾਡਾ ਭੇਜੇ ਵਾਹ ਰੱਬਾ ਅਜੇ ਮੈਂ ਤੇਰਾ ਧੰਨਵਾਦ ਹੀ ਕਾਂਡਿਆ ਸੀ ਕਿ ਵਾਹ ਵਾਹ ਦਿਨ ਸੌਖੇ ਲੰਘ ਗਏ ਆ ਏਦਾਂ ਕਿਰਪਾ ਬਣਾਈ ਰੱਖੀ ਤੂੰ ਤਾਂ ਮੇਰੀ ਬੜੀ ਸੇਤੀ ਸੁਣੀ ਆ ਚੱਲ ਕੋਈ ਨਹੀਂ ਮਨਾ ਇਸੇ ਪੱਜ ਮੈਂ ਵੀ ਜਾ ਕੇ ਵੇਹਨੀ ਆ ਨਾ ਇਹਨਾਂ ਦਾ ਕੀ ਹਿਸਾਬ ਕਿਤਾਬ ਆ ਉਹਦੇ ਨਾਲ ਹਾਂ ਤੁਸੀਂ ਭੁੱਲ ਸਕਦੇ ਜੇ ਆਪਣੀ ਵੀ ਹੋਈ ਬੇਇੱਜ਼ਤੀ ਨੂੰ ਪਰ ਮੈਂ ਨਹੀਂ ਭੁੱਲ ਸਕਦਾ ਬਸ ਪੱਥਰ ਤੇ ਲੀਕ ਹੋ ਗਈ ਜਿਹੜੀ ਰਿਸ਼ਤੇਦਾਰੀ ਛੱਡ ਦਿੱਤੀ ਉਹ ਛੱਡ ਦਿੱਤੀ ਮਰਦੇ ਦਮ ਤੱਕ ਨਹੀਂ ਮੈਂ ਵੜੂੰਗਾ ਉੱਥੇ ਤੁਹਾਨੂੰ ਪਤਾ ਇਹ ਪੁਰਾਣੀਆਂ ਗੱਲਾਂ ਦੀ ਖੋਰ ਬੜੀ ਰੱਖਦਾ ਵਾ ਤਾਂ ਤੁਸੀਂ ਵੀ ਕੀ ਕਰਨ ਚੱਲੇ ਜੇ ਸਾਰਾ ਟੱਬਰ ਰੱਖਿਆ ਕਰੋ ਫਿਰ ਖੋਰ ਮੰਮੀ ਆਉਂਦੇ ਤਾਂ ਨਾ ਚੂੜੀਆਂ ਲੈਂਦੀਆਂ ਨਹੀਂ ਹੋਈ ਨਹੀਂ ਤਿਆਰੀ ਚੱਲ ਗਾ ਬਸ ਹੋ ਗਈ ਮੰਮੀ ਮੈਂ ਕਿਹਾ ਚੂੜੀਆਂ ਦੇ ਦਿਓ ਸੋਨੇ ਦੀਆਂ ਪਾਲਾ ਨਹੀਂ ਚੂੜੀਆਂ ਕਾਹਦੇ ਲਈ ਪਾਉਣੀਆਂ ਉੱਥੇ ਕਿਹੜਾ ਵਿਆਹ ਜਾਣਾ ਵਾ ਜਾਣਾ ਤੇ ਇੱਕ ਪਤਾ ਲੈਣ ਆ ਆ ਗਾ ਚੱਲੀਏ ਚਲੋ ਆ ਗਈ ਇਹ ਜਨਾਨੀ ਦੀ ਵੀ ਮੈਨੂੰ ਮਸਾਂ ਅੱਜ ਤੱਕ ਸਮਝ ਨਹੀਂ ਲੱਗੀ ਕਦੀ ਤਾਂ ਬਿਨਾਂ ਮਤਲਬ ਤੋਂ ਕਹੂਗੀ ਕਿ ਗਹਿਣਾ ਸਾਰਾ ਪਾ ਕੇ ਜਾ ਕਿਸ ਨੂੰ ਕਿੱਦਾਂ ਪਤਾ ਲੱਗੂ ਅਤੇ ਜੇ ਮੈਂ ਹੁਣ ਅੱਜ ਮੰਗ ਲਈਆਂ ਤਾਂ ਅੱਜ ਇਹ ਕਿਹੜਾ ਵਿਆਹ ਜਾਣਾ ਆ ਉਹੀ ਮੈਨੂੰ ਤਾਂ ਲੱਗਦਾ ਔਖੇ ਸੌਖੇ ਜਿਹੇ ਆ ਜਿਹੜੇ ਚੱਲੇ ਆ ਉੱਥੇ ਇੱਕ ਤਾਂ ਸਾਰਾ ਕੁਝ ਸਾਂਭ ਕੇ ਬੈਠੀ ਆ ਜੇ ਕਿਤੇ ਮੇਰੇ ਕੋਲ ਹੋਣ ਆਪਣੇ ਕੋਲ ਤਾਂ ਮੈਂ ਇਹਨੂੰ ਪੁੱਛਣਾ ਕਿਉਂ ਆ ਚੁੱਪ ਕਰਕੇ ਪਾ ਲਿਆ ਕਰਾਂ ਇੱਕ ਤਾਂ ਇਹਨੇ ਪ੍ਰਧਾਨਗੀ ਪਤਾ ਨਹੀਂ ਕਦੋਂ ਛੱਡਣੀ ਆ ਘਰ ਮਿਸਤਰੀ ਲੱਗੇ ਆ ਉੱਥੇ ਜਾ ਕੇ ਚਾਹ ਪੀਵਾਂਗੇ ਜਿੱਥੇ ਜਾਣ ਡੇ ਹੁਣ ਘੜੀ ਮੁੜੀ ਚਾਹ ਪੀ ਜਾਣੀ ਆ ਸੁੱਚੇ ਮੂੰਹ ਜਾਓਗੇ ਹੁਣ ਦੋ ਮਿੰਟ ਤੇ ਲੱਗਣੇ ਆ ਹੱਦ ਕਰਦੀ ਆ ਤੂੰ ਦੋ ਮਿੰਟ ਲੱਗਣੇ ਆ ਦੱਸ ਇੱਥੇ ਪੀਣੀ ਘੜੀ ਨੂੰ ਜਾ ਕੇ ਫਿਰ ਉੱਥੇ ਪੀਣੀ ਹੁਣ ਉੱਥੇ ਜਾ ਕੇ ਪੀ ਲਿਓ ਜਾਓ ਮਾਰੋ ਆਵਾਜ਼ ਤੇ ਚੱਲੀਏ ਮੈਂ ਗੱਡੀ 'ਚ ਲੱਗਾ ਬਹਿਣ ਜਾ ਆਵਾਜ਼ ਮਾਰ ਲਿਆ ਉਹ ਮੈਂ ਨਹੀਂ ਜਾਣਾ ਇਹਨੂੰ ਬੁਲਾਉਣ ਆਪੇ ਆ ਜੂਗੀ ਕਿ ਹੁਣ ਮੈਂ ਉਹਦੇ ਮਗਰ ਮਗਰ ਫਿਰਦੀ ਰਵਾਂਗੀ ਆਹ ਬੜਾ ਤਪਿਆ ਹੈ ਅਤੇ ਉਹ ਕੀ ਕਰੇ ਪੈਪ ਲੈਣ ਵਾਲੇ ਮਿਸਤਰੀ ਲੱਗੇ ਆ ਉੱਧਰੋਂ ਵੀਰ ਜੀ ਨੇ ਵੀ ਮਨਾ ਕਰ ਦਿੱਤਾ ਇੱਧਰ ਆਉਣ 'ਤੇ ਟਾਈਮ ਕਿੰਨਾ ਲੱਗਣਾ ਸੀ ਇਸੇ ਕਰਕੇ ਉਹ ਵੀ ਗੁੱਸੇ 'ਚ ਆ ਚੱਲ ਫਿਰ ਮੈਂ ਆਵਾਜ਼ ਮਾਰਨੀ ਹਾਂ ਹੁਣ ਆਪ ਅੱਗੇ ਬਹਿੰਦੇ ਹਾਂ ਹੁਣ ਕਿਉਂ ਤੀ ਇਹਨੂੰ ਅੱਗੇ ਬਿਠਾਇਆ ਮੇਰੇ ਵਾਲੀ ਤਾਂ ਬੜੀ ਛੇਤੀ ਭੁੜਕ ਕੇ ਪੈ ਜਾਂਦੇ ਗੱਲ ਸੀਟ 'ਤੇ ਮੈਨੂੰ ਤਾਂ ਪਿੱਛੇ ਕਰ ਕਰ ਹੀ ਖੱਪ ਚੱਲੇ ਆ ਕਿ ਇਹ ਨੂੰ ਆ ਤਾਂ ਇਹਨੂੰ ਪਛਾਣ ਹੀ ਰੱਖਣਾ ਹਰ ਗੱਲ ਦੇ ਵਿੱਚ ਲੈ ਅੱਜ ਮਾਮੀ ਨੂੰ ਰਾਹ ਕਿੱਧਰ ਆ ਗਿਆ ਸਤਿ ਸ਼੍ਰੀ ਅਕਾਲ ਮਾਮੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਵੀ ਕਰਨ ਲਈ ਸਤਿ ਸ਼੍ਰੀ ਅਕਾਲ ਉਹ ਵੀ ਸਤਿ ਸ਼੍ਰੀ ਅਕਾਲ ਆ ਜਾਓ ਭੈਣ ਜੀ ਭੈਣ ਜੀ ਕੀ ਗੱਲ ਆ ਸਤਿ ਸ਼੍ਰੀ ਅਕਾਲ ਠੀਕ ਹੋ ਨਾ ਭੂਆ ਜੀ ਕੀ ਗੱਲ ਹੋਈ ਆ ਜਿਹੜੀ ਅਚਾਨਕ ਹੀ ਤੁਹਾਡੀ ਸਿਹਤ ਖਰਾਬ ਹੋ ਗਈ ਸਿਹਤ ਖਰਾਬ ਹੋਣ ਲੱਗਿਆ ਕਿਹੜਾ ਪਤਾ ਲੱਗਦਾ ਆ ਕਿਹੜੇ ਵੇਲੇ ਖਰਾਬ ਹੋ ਜਾਂਦੀ ਆ ਸਰੀਰਾਂ 'ਚ ਹੈ ਵੀ ਕੀ ਅੱਜ ਕੱਲ੍ਹ ਆਹ ਪ੍ਰੀਤ ਨੇ ਫੋਨ ਤੋਂ ਵੇਖੀ ਫੋਟੋ ਕਿਤੇ ਲਾਈ ਹੋਣੀ ਇਹਨੇ ਵਹੁਟੀ ਨੇ
ਅਤੇ ਇਹਨੇ ਮੈਨੂੰ ਦੱਸਿਆ ਫੋਨ ਕਰਕੇ ਅਤੇ ਮੈਂ ਤਾਂ ਭੱਜੀ ਆਈ। ਮੈਂ ਜਾ ਕੇ ਮੈਂ ਪਤਾ ਤਾਂ ਲਵਾਂ ਭੈਣ ਜੀ ਦਾ ਕੀ ਗੱਲ ਹੋਈ ਆ। ਮੈਂ ਤਾਂ ਮਿੰਟ ਨਹੀਂ ਲਾਇਆ, ਮੈਂ ਵਹੁਟੀ ਨੂੰ ਆਖਿਆ ਹੋ ਜਾ ਤਿਆਰ, ਚੱਲ ਚੱਲੀਏ ਪਤਾ ਲੈ ਕੇ ਆਈਏ ਤੇਰੀ ਭੂਆ ਦਾ। ਉਹ ਜਿਹੜੀ ਸ਼ਦੈਨ ਜੀ ਵਹੁਟੀ ਆ ਨਾ, ਉਹਨੇ ਪਤਾ ਨਹੀਂ ਕਿੱਦਾਂ ਫੋਟੋ ਲਾ ਤੀ, ਅਸੀਂ ਤਾਂ ਕਿਸੇ ਨੂੰ ਦੱਸਣਾ ਹੀ ਨਹੀਂ ਸੀ। ਨਿਆਣਿਆਂ ਦੇ ਅੱਜ ਕੱਲ੍ਹ ਕੰਮ ਵੀ ਇੱਦਾਂ ਦੇ ਹੀ ਆ। ਅਤੇ ਭੈਣ ਜੀ ਦੱਸੇ ਤੋਂ ਬਗੈਰ ਪਤਾ ਵੀ ਕਿੱਥੇ ਲੱਗਦਾ, ਤੁਸੀਂ ਤਾਂ ਕਿਤੇ ਫੋਨ ਵੀ ਨਹੀਂ ਕੀਤਾ ਮੈਨੂੰ। ਨਾ ਮੈਂ ਫੋਨ ਕਿਉਂ ਕਰਨਾ ਸੀ, ਮੈਨੂੰ ਤਾਂ 2 ਮਹੀਨੇ ਹੋ ਗਏ ਮੰਜੇ 'ਤੇ ਪਈ ਨੂੰ, ਹੁਣ ਮੈਂ ਮਾੜੀ ਮੋਟੀ ਠੀਕ ਹਾਂ, ਮੈਂ ਤਾਂ ਹਸਪਤਾਲ ਬਿਮਾਰ ਰਹੀ ਹਾਂ ਕਿੰਨਾ ਚਿਰ। ਤਾਂ ਨਾ ਪਤਾ ਲੱਗਦਾ ਤਾਂ ਹੁਣ ਵੀ ਨਹੀਂ ਆਉਣਾ, ਫਿਰ ਤੁਸੀਂ ਗੁੱਸਾ ਕਰਨਾ ਸੀ। ਅਸੀਂ ਤਾਂਹੀਓ ਤਾਂ ਕਿਸੇ ਨੂੰ ਦੱਸਿਆ ਨਹੀਂ ਵੀ ਜ਼ਰੂਰ ਕਿਸੇ ਨੂੰ ਖੇਚਲ ਪਾਉਣੀ ਆ, ਪਤਾ ਲਿਆ ਕਿਹੜਾ ਕੋਈ ਛੇਤੀ ਨਾਲ ਠੀਕ ਹੋ ਜਾਂਦਾ ਆ, ਉਹ ਤਾਂ ਜਦੋਂ ਠੀਕ ਹੋਣਾ ਉਦੋਂ ਹੀ ਹੋਣਾ ਆ। ਵੇ ਕਿੱਦਾਂ ਪਲਾਲ ਕਰਦੀ ਆ, ਨੂੰਹ ਸਾਹਮਣੇ ਨੰਬਰ ਬਣਾਉਂਦੀ ਆ, ਉੱਦਾਂ ਕਦੀ ਫੋਨ ਕਰਕੇ ਵੀ ਨਹੀਂ ਪੁੱਛਿਆ, ਹੁਣ ਫੋਕੇ ਨੰਬਰ ਬਣਾਈ ਜਾਂਦੀ ਹੈ। ਚਲੋ ਕੋਈ ਨਹੀਂ, ਦਵਾਈ ਦਵੂਈ ਖਾਈ ਜਾਓ, ਕੋਈ ਫਰਕ ਪੈ ਹੀ ਜਾਣਾ। ਤੂੰ ਸੁਣਾ ਰਾਜਵਿੰਦਰ, ਤੇਰਾ ਕੀ ਹਾਲ ਚਾਲ ਆ? ਵਿਆਹ ਤੋਂ ਬਾਅਦ 'ਚ ਤੁਸੀਂ ਕਿਤੇ ਫੇਰਾ ਨਹੀਂ ਮਾਰਿਆ? ਮਾਮੀ ਜੀ ਤੁਸੀਂ ਤਾਂ ਹੱਦ ਕਰਦੇ ਆ, ਅਸੀਂ ਤਾਂ ਆਪਣੇ ਵਿਆਹ ਤੋਂ ਬਾਅਦ ਫਿਰ ਵੀ ਛੇਤੀ ਗੇੜਾ ਮਾਰ ਲਿਆ ਸੀ, ਹੁਣ ਤਾਂ ਸ਼ੇਰਾ ਇੱਥੇ ਹੈ ਨਹੀਂ ਤਾਂ ਅਸੀਂ ਕਿੰਨਾ ਆਉਣਾ ਸੀ। ਆਹ ਤੁਸੀਂ ਆਪਣੇ ਵੱਲ ਹੀ ਵੇਖ ਲਓ, ਭਾਜੀ ਦੇ ਵਿਆਹ ਨੂੰ ਸਾਲ ਹੋ ਗਿਆ ਅਤੇ ਤੁਸੀਂ ਦੀਦੀ ਨੂੰ ਹੁਣ ਲੈ ਕੇ ਆਏ ਸਾਡੇ ਕੋਲ, ਉਹ ਵੀ ਮੰਮੀ ਬਿਮਾਰ ਹੋਈ ਹੈ ਤਾਂ, ਅਤੇ ਜੇ ਮੰਮੀ ਬਿਮਾਰ ਨਾ ਹੁੰਦੀ ਤੁਸੀਂ ਤਾਂ ਫੇਰ ਨਹੀਂ ਸੀ ਆਉਣਾ, ਕਵਲ ਭਾਜੀ ਨੂੰ ਉਹ ਵੀ ਤੁਸੀਂ ਘਰ ਛੱਡ ਆਏ ਆ। ਆਹ ਤਾਂ ਚੰਗਾ ਕੀਤਾ ਰਾਜਵਿੰਦਰ ਨੇ, ਜਿਹੜਾ ਘੜ ਘੜ ਕੇ ਮੂੰਹ ਦੇ ਉੱਤੇ ਸਿੱਧੀਆਂ ਮਾਰੀਆਂ ਆ, ਇਹ ਤਾਂ ਗਿੱਜੇ ਆ, ਆਪਣੀਆਂ ਹੀ ਬਸ ਕਰਨ ਗੱਲਾਂ, ਦੂਜੇ ਦੀਆਂ ਤਾਂ ਇਹਨਾਂ ਨੂੰ ਉਹੀ ਕੌੜੀਆਂ ਲੱਗਦੀਆਂ ਵਾ। ਚਲੋ ਤੁਸੀਂ ਕਰੋ ਗੱਲਾਂ ਬਾਤਾਂ ਮੰਮੀ ਨਾਲ, ਮੈਂ ਚਾਹ ਬਣਾ ਲਾਂ। ਭੂਆ ਜੀ ਕੀ ਗੱਲ ਹੋ ਗਈ ਆ, ਬਾਅਦ 'ਚ ਸਾਡੇ ਕੋਲ ਵੀ ਨਹੀਂ ਕਿਤੇ ਗੇੜਾ ਗੂੜਾ ਮਾਰਿਆ, ਕੋਈ ਗੁੱਸੇ ਨਾਰਾਜ਼ਗੀ ਆ, ਕੋਈ ਗਲਤੀ ਗੁਲਤੀ ਹੋ ਗਈ ਸਾਡੇ ਕੋਲ ਤਾਂ ਦੱਸ ਦਿਓ, ਤੁਸੀਂ ਤਾਂ ਆਉਣਾ ਜਾਣਾ ਹੀ ਛੱਡਤਾ। ਨਹੀਂ ਨਹੀਂ ਪੁੱਤ, ਗਲਤੀ ਤੁਹਾਡੇ ਕੋਲ ਕਿਹੜੀ ਹੋਣੀ ਆ, ਇੱਦਾਂ ਘਰਾਂ ਦੇ ਕੰਮਾਂ ਕਾਰਾਂ 'ਚੋਂ ਨਿਕਲਿਆ ਨਹੀਂ ਜਾਂਦਾ, ਸ਼ੇਰਾ ਬਾਹਰ ਆ ਅਤੇ ਬਲਜੀਤ ਨੂੰ ਗੱਡੀ ਨਹੀਂ ਚਲਾਉਣੀ ਆਉਂਦੀ, ਤੈਨੂੰ ਪਤਾ ਆ ਅੱਜ ਕੱਲ੍ਹ ਦੀਆਂ ਕੁੜੀਆਂ ਬੱਸਾਂ 'ਚ ਜਾਣਾ ਕਿੱਥੇ ਪਸੰਦ ਕਰਦੀਆਂ ਆ, ਇਹੋ ਹੀ ਕਹਿੰਦੀਆਂ ਸੀ ਵੀ ਘਰੋਂ ਬਹਿ ਜਾਈਏ ਗੱਡੀ 'ਚ ਅਤੇ ਘਰੇ ਜਾ ਕੇ ਉਤਰ ਜਾਈਏ। ਹਾਂਜੀ ਹਾਂਜੀ, ਆਹ ਗੱਲ ਤਾਂ ਤੁਹਾਡੀ ਬਿਲਕੁਲ ਠੀਕ ਆ। ਚਲੋ ਕਰੋ ਤੁਸੀਂ ਪ੍ਰੀਤ ਗੱਲਾਂ ਬਾਤਾਂ, ਮੈਂ ਮਾੜਾ ਫੋਨ ਜਿਹਾ ਕਰਨਾ ਹੈ, ਪੁੱਛ ਲਾ ਮਿਸਤਰੀ ਡੇ ਕੰਮ ਕਰ ਕਰਨ ਲੱਗੇ। ਧੀਏ ਤੂੰ ਬੜੀ ਚੁੱਪ ਕਰਕੇ ਬੈਠੀ ਆ, ਲੱਗਾ ਸਹੁਰੇ ਜੀ, ਕੋਈ ਸੁਣਾ ਗੱਲਬਾਤ। ਹਾਂਜੀ ਹਾਂਜੀ ਭੂਆ ਜੀ, ਜੀ ਤਾਂ ਬਥੇਰਾ ਲੱਗਾ ਆ, ਬਾਕੀ ਮੈਂ ਤਾਂ ਤੁਹਾਡੀਆਂ ਹੀ ਗੱਲਾਂ ਸੁਣਦੀ ਪਈ ਸੀ, ਤੁਸੀਂ ਸੁਣਾਓ ਹੁਣ ਠੀਕ ਜੇ? ਹਾਂ ਹੁਣ ਮੈਂ ਠੀਕ ਆ ਅੱਗੇ ਨਾਲੋਂ ਠੀਕ ਆ। ਨੀਤੀਏ ਜਦੋਂ ਤੇਰਾ ਵਿਆਹ ਹੋਇਆ ਸੀ ਤੂੰ ਤਾਂ ਬੜੀ ਸੋਹਣੀ ਲੱਗਦੀ ਸੀ, ਹੁਣ ਤਾਂ ਤੇਰਾ ਮੂੰਹ ਸ਼ਾਈਆਂ ਨਾਲ ਹੀ ਭਰ ਗਿਆ ਆ, ਇਹ ਕਿਉਂ ਪੈ ਗਈਆਂ ਇੰਨੀਆਂ? ਬਸ ਭੂਆ ਜੀ ਤੁਹਾਨੂੰ ਪਤਾ ਹੀ ਆ, 100 ਟੈਨਸ਼ਨਾਂ ਹੋ ਜਾਂਦੀਆਂ ਵਿਆਹ ਤੋਂ ਬਾਅਦ, ਕਈ ਜ਼ਿੰਮੇਵਾਰੀਆਂ ਦੇ ਵਿੱਚ ਬਹਿਣਾ ਪੈਂਦਾ ਆ, ਬਸ ਆ ਨਿੱਕ ਨਿੱਕੀਆਂ ਜਿਹੜੀਆਂ ਚਿੰਤਾ ਵਾ ਨਾ ਇਹੋ ਛਾਈਆਂ ਪਾ ਦਿੰਦੀਆਂ ਮੂੰਹ ਦੇ ਉੱਤੇ, 100 ਨਿੱਕ ਨਿੱਕੀਆਂ ਗੱਲਾਂ ਵੀ ਹੁੰਦੀਆਂ ਆ ਜਿਹੜੀਆਂ ਅਸੀਂ ਆਪਣੇ ਦਿਲ ਦੇ ਵਿੱਚ ਰੱਖ ਕੇ ਜੀਨੇ ਆ। ਛਾਈਆਂ 'ਚ ਪੁੱਤ ਮੂੰਹ 'ਤੇ ਪੈਣੀਆਂ ਹੀ ਆ, ਇਹਨਾਂ ਦੇ ਘਰ ਦਾ ਮਾਹੌਲ ਹੀ ਇੱਦਾਂ ਦਾ ਆ, ਮੈਨੂੰ ਸਾਰਾ ਹੀ ਪਤਾ ਆ, ਭਰਜਾਈ ਤਾਂ ਮੇਰੀ ਆ ਨਾ। ਭੂਆ ਜੀ ਤੁਹਾਡੇ ਤੋਂ ਫਿਰ ਕਾਹਦਾ ਪੜਦਾ, ਤੁਹਾਨੂੰ ਤਾਂ ਸਾਰਾ ਹੀ ਪਤਾ ਇਹਨਾਂ ਦਾ ਘਰ ਦਾ ਮਾਹੌਲ ਕਿੱਦਾਂ ਦਾ ਆ, ਸਾਰਾ ਕੁਝ ਹੁੰਦਿਆਂ ਹੋਇਆ ਵੀ ਨਾ ਭੁੱਖੋਂ ਭੁੱਖੋਂ ਹੀ ਕਰਦੇ ਰਹਿੰਦੇ ਆ, ਮੈਨੂੰ ਸਮਝ ਨਹੀਂ ਲੱਗਦੀ ਇਹਨਾਂ ਦੇ ਸੁਭਾਅ ਦੀ। ਧੀਏ ਇਹਦਾ ਹਿਸਾਬ ਕਿਤਾਬ ਪਤਾ ਕਿੱਦਾਂ ਦਾ ਜੀ, ਇਹਦਾ ਆਪਣੇ ਪੇਕਿਆਂ ਵੱਲ ਧਿਆਨ ਹੀ, ਉੱਧਰ ਤਾਂ ਭਾਵੇਂ ਦਰਿਆ ਵਗਾ ਦੇ ਅਤੇ ਹੋਰ ਕਿਸੇ ਨੂੰ ਖੱਟੀ ਕੌਡੀ ਵੀ ਨਹੀਂ ਉਹ ਇੰਨੇ ਦੇਣੀ। ਪੁੱਤ ਮੇਰਾ ਲੱਕ ਬੜਾ ਹੀ ਪੀੜ ਕਰਨ ਡਿਆ, ਮੈਂ ਜਰਾ ਕੁ ਲੰਮੇ ਪੈਣਾ। ਮੈਂ ਕਿਹਾ ਆਹ ਵੀ ਚੰਗਾ ਹੋਇਆ ਜਿਹੜੀਆਂ ਆਪਾਂ ਦੋਵੇਂ ਇਕੱਠੀਆਂ ਆ ਗਈਆਂ, ਉਦਾਂ ਤਾਂ ਸੱਚੀ ਇੱਥੇ ਉਹਨੂੰ ਜੀ ਨਹੀਂ ਕਰਦਾ, ਭੂਆ ਵੇਖਿਆ ਕਿੱਦਾਂ ਸੜਿਆਂਦਾ ਕੱਢਣ ਡੀ ਸੀ ਅਤੇ ਉੱਤੋਂ ਨੂੰਹ ਦੀ ਬੋਲੀ ਵੇਖਿਆ। ਮੈਂ ਤਾਂ ਕਹਿਣ ਡੀ ਹੰਡੋਰੀਆਂ ਮਰੀ ਜਾਣ ਦੀਆਂ ਕਿਤੇ ਸੜੀਆਂ ਪਈਆਂ, ਤਾਂਹੀਓ ਤਾਂ ਉਹਨੂੰ ਜੀ ਨਹੀਂ ਕਰਦਾ ਹੈਗਾ।
ਮੇਰੇ ਹਿਸਾਬ ਨਾਲ ਤੁਸੀਂ ਵੀ ਬਹਾਨੇ ਦੇ ਨਾਲ ਹੀ ਬਾਹਰ ਆ ਗਏ ਆ। ਤਾਂ ਮੇਰਾ ਜੀ ਕੀਤਾ ਇੱਥੇ ਬਹਿਣ ਨੂੰ ਤੇ ਮੈਂ ਬਾਹਰ ਨਿਕਲ ਆਈ ਆ। ਮੈਂ ਚੱਲ ਘੜੀ ਟਾਈਮ ਪਾਸ ਕਰ ਲੈਂਦੀ ਹਾਂ ਤੇ ਫਿਰ ਚਲੇ ਜਾਣਾ। ਆਹੋ ਵੀ ਭੂਆ ਦੇ ਨਾਲ ਡੇ ਸੀ ਗੱਲਾਂ ਬਾਤਾਂ ਕਰਨ, ਭੂਆ ਡੇ ਸੀ ਸਿਫਟਾਂ ਕਰਨ, ਤੇਰਾ ਰੰਗ ਇੱਦਾਂ ਦਾ, ਤੇਰੇ ਛਾਈਆਂ ਕਿਉਂ ਹੋ ਗਈਆਂ, ਮੈਂ ਵੀ ਚੁੱਪ ਕਰਕੇ ਬਾਹਰ ਆ ਗਈ। ਚੱਲ ਕਰ ਲੈਣ ਜਿਹੜੀਆਂ ਕਰ, ਆ ਜਾਓ ਬਹਿ ਜਾਂਦੇ ਹਾਂ, ਕੜੀ ਚਾਹ ਤੇ ਪੀਣੀ ਪੈਣੀ ਹੈ ਫਿਰ। ਆਹੋ ਚੱਲ ਕੋਈ ਲੈ। ਉਹ ਤੇ ਮਾਵਾਂ ਧੀਆਂ ਬਾਹਰ ਮੂੰਹ ਜੋੜ ਕੇ ਬਹਿ ਗਈਆਂ ਤੇ ਭੂਆ ਨੇ ਵੀ ਆਰਾਮ ਕਰਨਾ ਵਾ, ਠੀਕ ਨਹੀਂ ਆ। ਚੱਲ ਮੈਂ ਕਿਹੜੀ ਰਾਜਵਿੰਦਰ ਕੋਲ ਜਾਂਦੀ ਹਾਂ, ਗੱਲਾਂ ਬਾਤਾਂ ਕਰਦੀ ਹਾਂ। ਹੋਰ ਰਾਜਵਿੰਦਰ ਤੂੰ ਸੁਣਾ ਆਪਣੀ? ਫਿਰ ਆਪਾਂ ਤੇ ਮਿਲੇ ਹੀ ਪਹਿਲੀ ਵਾਰੀ ਆ ਵਿਆਹ ਤੋਂ ਬਾਅਦ, ਮੌਕਾ ਹੀ ਨਹੀਂ ਮਿਲਿਆ ਕਦੀ, ਇਕੱਠੇ ਨਹੀਂ ਹੋਏ। ਤੁਹਾਡਾ ਵੀ ਇੱਥੇ ਹਿਸਾਬ ਕਿਤਾਬ ਇੱਦਾਂ ਦਾ ਕਿ ਆਉਣਾ ਜਾਣਾ ਮੁਸ਼ਕਲ ਹੋ ਗਿਆ, ਅਤੇ ਮੰਮੀ ਹੁਣੀ ਵੀ ਮੈਨੂੰ ਲੈ ਕੇ ਨਹੀਂ ਆਏ। ਆਹ ਤਾਂ ਮੈਂ ਹੁਣ ਆਪ ਇਹਨਾਂ ਨੂੰ ਥੋੜ੍ਹੇ ਦਿਨ ਹੋ ਗਏ ਕਹਿਣ ਡੀ ਸੀ ਕਿ ਚੱਲੀਏ, ਵੀ ਵਿਆਹ ਤੋਂ ਬਾਅਦ ਮੈਨੂੰ ਵੀ ਮਿਲਾ ਲਓ ਉਹਨਾਂ ਦੇ ਨਾਲ, ਮੈਨੂੰ ਤਾਂ ਪਤਾ ਹੀ ਨਹੀਂ ਹੈਗਾ ਉਹਨਾਂ ਦੇ ਸੁਭਾਅ ਕਿੱਦਾਂ ਦੇ ਆ। ਚਲੋ ਇਹ ਤਾਂ ਦੀਦੀ ਤੁਸੀਂ ਚੰਗਾ ਕੀਤਾ, ਤੁਸੀਂ ਆ ਗਏ ਆ, ਸਾਨੂੰ ਬਹੁਤ ਚਾਅ ਚੜਿਆ ਆ। ਪਰ ਗੁੱਸਾ ਨਾ ਕਰਿਓ, ਮਾਮੀ ਨਾ ਥੋੜ੍ਹੇ ਜਿਹੇ ਖੁਸ਼ਕ ਜਿਹੇ ਸੁਭਾਅ ਦੇ ਆ। ਹਾਂ ਹਾਂ ਹੈ ਤਾਂ ਇੱਦਾਂ ਦੇ ਹੀ ਆ। ਚਲੋ ਕੋਈ ਗੱਲ ਨਹੀਂ, ਪਰ ਆਪਾਂ ਮਿਲਿਆ ਗਿਲਿਆ ਕਰਾਂਗੇ, ਠੀਕ ਆ। ਦੀਦੀ ਆਉਣਾ ਜਾਣਾ ਤਾਂ ਵੱਡਿਆਂ ਨੇ ਹੀ ਹੁੰਦਾ ਆ, ਮਾਮੀ ਥੋੜ੍ਹਾ ਨਾ ਨਾਨਕਿਆਂ ਦੇ ਜਾ ਕੇ ਜ਼ਿਆਦਾ ਖੁਸ਼ ਰਹਿੰਦੇ ਆ, ਹਰ ਗੱਲ 'ਚ ਨਾ ਉਹਨਾਂ ਨੂੰ ਅੱਗੇ ਰੱਖਦੇ ਆ, ਤਾਂ ਹਰੇਕ ਕੰਮ ਦੇ ਵਿੱਚ ਉਹਨਾਂ ਦੀ ਸਲਾਹ ਲੈਂਦੇ ਆ। ਇਹਨਾਂ ਨੇ ਮੰਮੀ ਨੂੰ ਤਾਂ ਇੱਦਾਂ ਪਛਾਣ ਕਰ ਛੱਡਿਆ ਜਿੱਦਾਂ ਕੋਈ ਸੱਤ ਬਗਾਨੇ ਹੁੰਦੇ ਆ, ਇਸੇ ਕਰਕੇ ਮੰਮੀ ਇਹਨਾਂ ਨਾਲ ਥੋੜ੍ਹਾ ਥੋੜ੍ਹਾ ਨਾਰਾਜ਼ ਵਾ। ਅੱਛਾ, ਮੈਨੂੰ ਤਾਂ ਕਹਿੰਦੇ ਸੀ ਕਿ ਮੈਂ ਤਾਂ ਇਹਨਾਂ ਦੀ ਇੱਜ਼ਤ ਹੀ ਬੜੀ ਕਰਦੀ ਹਾਂ, ਹਰ ਗੱਲ ਹਰ ਕੰਮ ਪੁੱਛ ਕੇ ਅਤੇ ਫੇਰ ਕਰਦੀ ਹਾਂ, ਇਹਨਾਂ ਦੇ ਕਹੇ ਤੋਂ ਬਗੈਰ ਤਾਂ ਮੈਂ ਇੱਕ ਪੈਰ ਵੀ ਨਹੀਂ ਪੁੱਟਦੀ, ਪਰ ਫਿਰ ਵੀ ਉਹ ਮੈਨੂੰ ਪਛਾਣ ਹਟਾ ਹਟਾ ਮਾਰਦੀਆਂ ਆ। ਇਹ ਜੀ ਤੁਸੀਂ ਸਾਡੀ ਕੋਈ ਇੱਜ਼ਤ ਨਹੀਂ ਕੀਤੀ, ਅਤੇ ਰਹਿੰਦਾ ਖੁੰਦਾ ਮੈਨੂੰ ਇਹ ਗੱਲ ਕਹਿਤੀ ਆ ਕਿ ਤੁਸੀਂ ਮੇਰੇ ਤੋਂ ਸੜ ਗਏ ਆ। ਇਹ ਜੀ ਰਾਜਵਿੰਦਰ ਚਾਹੁੰਦੀ ਆ ਕਿ ਮੇਰੀ ਜ਼ਿਆਦਾ ਟੌਰ ਹੁੰਦੀ। ਲੈ ਦੱਸ ਮੈਂ ਕਿਉਂ ਤੁਹਾਡੇ ਕੋਲ ਸੜਨਾ ਆ, ਇਹਨਾਂ ਦੀ ਤਾਂ ਮੈਨੂੰ ਅੱਜ ਤੱਕ ਸਮਝ ਨਹੀਂ ਲੱਗੀ ਵੀ ਕਿੱਥੋਂ ਗੱਲਾਂ ਕੱਢਦੀਆਂ ਅਤੇ ਕਿਉਂ ਕਰਦੀਆਂ ਇੱਦਾਂ ਦੇ, ਫਲਾਣਾ ਇੱਦਾਂ ਦਾ, ਧਮਕਾਉਣਾ ਇੱਦਾਂ ਦਾ, ਇਹਨਾਂ ਤੋਂ ਆਹੀ ਕੁਛ ਆ, ਹੋਰ ਇਹਨਾਂ ਨੂੰ ਕੁਛ ਨਹੀਂ ਹੁੰਦਾ। ਪਤਾ ਨਹੀਂ ਇਹਨਾਂ ਦੀ ਸੋਚ ਕਿੱਦਾਂ ਦੀ ਆ, ਇਹ ਤਾਂ ਉੱਦਾਂ ਹੀ ਦੂਜੇ ਨੂੰ ਗੱਲਾਂ ਕਰਦੀਆਂ ਰਹਿੰਦੀਆਂ ਆ, ਦੂਜੇ ਨੂੰ ਇਹਨਾਂ ਨੇ ਬਦਨਾਮ ਹੀ ਕਰੀ ਜਾਣਾ ਆ, ਪਤਾ ਨਹੀਂ ਇਹਨਾਂ ਨੂੰ ਕੀ ਮਿਲਦਾ ਆ ਇੱਦਾਂ। ਦੀਦੀ ਤੁਸੀਂ ਉੱਦਾਂ ਇਹਨਾਂ ਕੋਲ ਮੇਰਾ ਨਾਂ ਨਾ ਲਿਓ, ਇਹ ਤਾਂ ਗੁੱਸੇ ਦੇ ਵਿੱਚ ਨਾ ਮੇਰੇ ਕੋਲ ਗੱਲਾਂ ਹੋ ਗਈਆਂ ਆ, ਤੁਹਾਨੂੰ ਪਤਾ ਜਦੋਂ ਕਿਸੇ ਦੇ ਪਿੱਛੇ ਪੈ ਜਾਣ ਫਿਰ ਇਹ ਲੱਥਦੀਆਂ ਵੀ ਹੈਗੀਆਂ। ਨਹੀਂ ਨਹੀਂ ਤੂੰ ਟੈਨਸ਼ਨ ਨਾ ਲੈ, ਮੈਂ ਨਹੀਂ ਕੋਈ ਵੀ ਗੱਲ ਕਰਦੀ। ਚਲੋ ਤੁਸੀਂ ਬੈਠੋ ਫਿਰ ਮੈਂ ਚਾਹ ਲੈ ਕੇ ਆਉਂਦੀ ਹਾਂ। ਚੰਗਾ। ਚਲੋ ਚੱਲੀਏ ਫਿਰ। ਠੀਕ ਹੈ ਭੈਣ ਜੀ, ਬਹਿ ਜਾਓ ਘੜੀ, ਚੱਲ ਹੀ ਜਾਣਾ ਆ। ਨਹੀਂ ਭੂਆ ਜੀ ਘਰ ਮਿਸਤਰੀ ਲੱਗੇ ਆ, ਫਿਰ ਤੁਹਾਨੂੰ ਪਤਾ ਮਿੰਟ ਮਿੰਟ ਦੇ ਉਹ ਕੰਮ ਦੱਸਦੇ ਆ, ਤੇ ਤਾਂ ਕਰਕੇ ਫਿਰ ਜਾਣਾ ਪੈਣਾ ਹੈ। ਚਲੋ ਨਹੀਂ ਠੀਕ ਤੇ ਕਰੋ ਤੁਸੀਂ ਰੈਸਟ, ਹੈ ਟਾਈਮ ਨਾਲ ਦਵਾਈ ਦਵਾਈ ਲਈ ਜਾਇਓ ਹੁਣ, ਹੈ ਭੂਆ ਜੀ ਆਇਓ ਪਿੰਡ ਫਿਰ ਮਾਰਿਓ ਗੇੜਾ। ਕੋਈ ਨੀ ਆਵਾਂਗੀ। ਤੂੰ ਨਹੀਂ ਭੂਆ ਜੀ ਮੈਂ ਕਿੱਥੇ ਜਾਣਾ, ਤੇ ਠੀਕ ਹੋ ਕੇ ਤੇ ਫਿਰ ਆਇਓ, ਠੀਕ ਆ ਰਾਜਵਿੰਦਰ? ਕੋਈ ਨੀ ਆਵਾਂਗੇ, ਚੰਗੀ ਮੈਂ ਆਵਾਂਗੀ ਰਾਜਵਿੰਦਰ ਨਾਲ ਲੈ ਕੇ। ਠੀਕ ਆ। ਬਾਹਾਂ ਲਮਕਾਉਂਦੀ ਆਈ ਤੇ ਬਾਹਾਂ ਲਮਕਾਉਂਦੀ ਚੱਲ ਗਈ, ਇੰਨਾ ਨਹੀਂ ਵੀ ਕਿਤੇ 100-200 ਦਾ ਫਰੂਟ ਹੀ ਲਿਆਵਾਂ ਵੀ ਉਹ ਬਿਮਾਰ ਵਾ ਤੇ ਕਿਤੇ ਖਾ ਲੂਗੀ। ਇਹਦੇ ਪਤੇ ਖੁਣੋ ਵੀ ਥੁੜਿਆ ਸੀ, ਪਤਾ ਲੈਣ ਆਈ ਆ ਮੇਰੀ, ਇਹਦੇ ਪਤੇ ਲੈਣ ਖੁਣੋ ਮੈਂ ਔਖੀ ਹਾਂ, ਕਿਤੇ ਅੱਗਰਾ ਪੈਸਾ ਇਹਦੇ ਕੋਲ, ਕਿਤੇ ਇੰਨਾ ਨਹੀਂ ਵੀ 500-1000 ਰੁਪਈਆ ਕਿਤੇ ਉਹ ਹੱਥ 'ਤੇ ਰੱਖ ਜਾਂ। ਵੇਖਿਆ ਕਿੱਦਾਂ ਨੰਬਰ ਬਣਾਉਂਦੀ ਸੀ, ਕਿੱਦਾਂ ਗਾਟੀਆਂ ਪਾਉਂਦੀ ਸੀ, ਮੂੰਹ ਨਾਲ ਮੂੰਹ ਜੋੜੇ ਸੀ, ਬਹੁਤੀ ਬਹੁਤੀ ਚਲਾਕ ਜਨਾਨੀ ਆ, ਬਹੁਤੀ ਜ਼ਿਆਦਾ ਹੀ। ਕਿੰਨਾ ਹੀ ਟਾਈਮ ਹੋ ਗਿਆ, ਫਿਰ ਨਾ ਰਾਤ ਨੂੰ ਲਾਈਟਾਂ ਬੜੀਆਂ ਵੱਜਦੀਆਂ ਅੱਖਾਂ ਦੇ ਵਿੱਚ। ਰਹਿ ਲਓ ਸਵੇਰੇ ਚਲ ਜਾਓ ਸਖਤ ਹੀ, ਜਿੰਨੇ ਚਿਰ ਮਿਸਤਰੀ ਆਉਣੇ ਆ ਉਨੇ ਚਿਰ ਤੁਸੀਂ ਚਲੇ ਵੀ ਜਾਣਾ। ਮੰਮੀ ਜੀ ਗੱਲ ਤਾਂ ਤੁਹਾਡੀ ਠੀਕ ਆ, ਪਰ ਵਿੱਕੀ ਨੇ ਨਹੀਂ ਮੰਨਣਾ, ਉਹ ਤਾਂ ਅੱਗੇ ਬੜੇ ਅੱਜ ਗੁੱਸੇ ਦੇ ਵਿੱਚ ਸੀ ਕਿਉਂਕਿ ਵੀਰ ਜੀ ਨਹੀਂ ਨਾ ਨਾਲ ਗਏ। ਅਤੇ ਚੱਲ ਪੁੱਛ ਲਾ ਉਹਨੂੰ। ਪੁੱਛਦੇ ਪਰ ਮੈਂ ਲੈਂਦੀ ਹਾਂ, ਪਰ ਮੈਨੂੰ ਪਤਾ ਨਾ ਨਹੀਂ ਮੰਨਣਾ, ਨਾ ਕੁੜੀ ਸਕੂਲ ਜਾਂਦੀ ਹੈ ਨਾ ਕੁਛ, ਕਾਹਲੇ ਪੈ ਜਾਂਦੇ ਝੱਟ ਜਾਣ ਨੂੰ। ਮੈਂ ਕਹਿਣ ਡੀ ਸੀ ਹੁਣ ਤੇ ਰਾਤ ਹੋਣ ਵਾਲੀ ਆ, ਤੇ ਕਿਉਂ ਨਾ ਆਪਾਂ ਸਵੇਰੇ ਸਖਤੇ ਚੱਲ ਜਾਂਗੇ। ਤੇਰਾ ਦਿਮਾਗ ਤਾਂ ਨਹੀਂ ਖਰਾਬ ਹੈਗਾ, ਚੰਗਾ ਭਲਾ ਜੇ ਲੋ ਆ ਝੱਟ ਪਹੁੰਚ ਜਾਣਾ ਆਪਾਂ।
आपे तुसी आने आ लाइटां बड़ियां वजदियां खानू नहीं मेरे नहीं वजदियां कोई गल नहीं चल जांगे आपां लाइटां वजदियां ओदा बहाना बनाउण दी आ रात रहण दा इत्थे ओ नहीं नहीं मैं का तो बहाना बनाउणी आ मैं तो तुहाडे बारे सोचण दी सी तू ना मेरे बारे घट ही सोचिया कर ठीक है ना जिन्ना मेरे बारे सोचदी ओना का घर दे बारे सोच लिया कर आ तो मैं ही आ जिहड़ा लई फेंडिया काम नू नहीं तो तेरे सिर ते छड्डिया होवे ना फिर तो काम हो गया अपने घर दा नाले चल हुणे ही फिर सवेरे 9 बजे तक सुती नहीं उठना फिर कहना मैनूं होर घड़ी सौ लैण दो मैनूं ही तुसीं बदनाम कर छड्या जिदा मैं ते कोई काम ही नहीं करदी अजे अज सवेरे मैं मिस्त्रीआं नूं किन्नी स्वाद रोटी बना के खवा ली सी ते फिर की हो गया दस लग्गिया ते खवा लैणी नहीं उहनां नूं स्वाद जा नाल गुरमेहर नूं लै आया ते मैं गड्डी बाहर खलारी आ मैं चल जाणा वा चल मिल ते लईए मिल लिया मैं तूं आ जा चलो ठीक है मम्मी फिर आपां चलदे आं विक्की नहीं मन्ने ओहदे गड्डी च बैठे वीर जी नूं मिल के चल फिर भाभी अपनी नूं मिल ला ओह मिली आ मेरियां कड़ियां बाहां आकड़ियां इहनूं मिलण कोण ओहदा वी मैं विक्की नाल जाके ना घर जाके गल करांगी क्लास लाऊंगी इहनां दी मैं चंगी तरह जाके आ सवेर दा औखा औखा वेखण डई आं वी औखा औखा आ हांजी चलो ठीक है फिर हैं चल जाणा फिर हांजी चलो फिर चल जाणा ते मम्मी जी की बनावा फिर प्रौणे वास्ते हुण केड़े प्रौणे विक्की प्रीति ओ ते कदे ते चल गई है चल भी गए बिना मिले चल गए हो ते होर एदा दा मिलना है के हुण हुण तैनूं जप्पियां पापा उहने मिलया करना वा जिहड़े हिसाब नाल तू चलदी उस हिसाब नाल उहना चलना वा जा जा के हुण अपने वास्ते ला तड़के हुण ओह गल्लां नहीं रहियां हैगियां मम्मी जी मेरे वास्ते ते जिद्दां ओह पहलां ही अज भी ओदां ही आ मैं ते अपने ढिड च कोई गल नहीं रखी ਤੁਸੀਂ ਮਾਵਾਂ ਧੀਆਂ ਨੇ ਰੱਖੀਆਂ ਹੋਣਗੀਆਂ ਇਹੋ ਜਿਹੀਆਂ ਗੱਲਾਂ ਆਪਣੇ ਢਿੱਡ 'ਚ ਅਤੇ ਜੇ ਫਿਰ ਜਿਹੜੇ ਹਿਸਾਬ ਨਾਲ ਤੁਸੀਂ ਚੱਲਣਾ ਉਸ ਹਿਸਾਬ ਨਾਲ ਮੈਂ ਚੱਲੀ ਜਾਂਦੀ ਹਾਂ ਮੈਨੂੰ ਕੀ ਜੇ ਨਹੀਂ ਵੀ ਮਿਲ ਕੇ ਗਈ ਨਾ ਤਾਂ ਮੈਨੂੰ ਕੀ ਮੇਰਾ ਕੀ ਵਿਗਾੜ ਲਿਆ ਵਾ ਮੈਨੂੰ ਨਹੀਂ ਕੋਈ ਫਰਕ ਪੈਂਦਾ ਇਹੋ ਜਿਹੇ ਸ਼ੋਸ਼ਿਆਂ ਨਾਲ ਜਿਹਨੇ ਮਿਲਣਾ ਸਿੱਧੀ ਨੀਤ ਨਾਲ ਮਿਲੀ ਜਾਵੇ ਜਿਹੜਾ ਪਛਾਣ ਹੱਟਦਾ ਹੱਟ ਜੇ ਇਹ ਕਮਜ਼ੋਰ ਰੱਖੀ ਸਾਡੇ ਕਰਮਾਂ 'ਚ ਮੇਰੀ ਕੁੜੀ ਨੇ ਤੇ ਸਾੜੀ ਛੜਿਆ ਮੇਰੇ ਲੈ ਜੇ ਕਿਤੇ ਗਲੋਂ ਏ ਫਰਕ ਤਾਂ ਤੈਨੂੰ ਉਦੋਂ ਪੈਣਾ ਆ ਜਦੋਂ ਤੈਨੂੰ ਕਿਸੇ ਦੀ ਲੋੜ ਪਈ ਹੁਣ ਤਾਂ ਨਹੀਂ ਕੋਈ ਫਰਕ ਪੈਣਾ ਤੈਨੂੰ ਉਦੋਂ ਮੈਂ ਦੱਸਾਂਗੀ ਜਦੋਂ ਉਹਦੀ ਲੋੜ ਪਏਗੀ ਤੜਕੇ ਤਾਂ ਮੈਂ ਲਾਉਣਾ ਹੀ ਆ ਜੇ ਤੇਰੀ ਧੀ ਨਹੀਂ ਮਿਲ ਕੇ ਗਈ ਤਾਂ ਮੈਂ ਤੜਕੇ ਲਾਉਣੇ ਥੋੜ੍ਹੀ ਛੱਡ ਦੇਣੇ ਆ ਨਾਲੇ ਲੋੜ ਤਾਂ ਨੂੰਹਾਂ ਦੀ ਪੈਂਦੀ ਹੁੰਦੀ ਆ ਧੀਆਂ ਦੀ ਨਹੀਂ ਪੈਂਦੀ ਆਖਰ ਨੂੰ ਇੱਕ ਦਿਨ ਤਾਂ ਆਉਣਾ ਮੇਰੇ ਹੱਥਾਂ 'ਚ ਆ ਸਾਂਭਣਾ ਤਾਂ ਤੈਨੂੰ ਮੈਂ ਹੀ ਹਾਂ ਧੀ ਨੇ ਨਹੀਂ ਸਹੁਰਿਆਂ ਤੋਂ ਆ ਕੇ ਸਾਂਭਣਾ ਤੈਨੂੰ ਧੀ ਧੀ ਗਾੜੀ ਬਸ ਰੱਖੀ ਆ ਪ੍ਰਧਾਨ ਕਰਕੇ ਧੀ ਧੀ ਨੂੰਹਾਂ ਤਾਂ ਜਿੱਦਾਂ ਉਹ ਮਤਰੇ ਆਉਂਦੀਆਂ ਹੁੰਦੀਆਂ ਵਾ ਵੀ ਇਹਨਾਂ ਨਾਲ ਹਿਸਾਬ ਕਿਤਾਬ ਵੀ ਇੱਦਾਂ ਦਾ ਕਰਨਾ ਵਾ